ਅਜੇ ਕੀ ਨਾਮ ਤੁਹਾਡਾ, ਕਿਹੜਾ ਪਿੰਡ? ਮੇਰਾ ਨਾਮ ਜਤਿੰਦਰ ਸਿੰਘ, ਸਨ ਆਫ ਧਿਆਨ ਸਿੰਘ, ਵਾਸੀ ਪਿੰਡ ਸਤਾਵਗੜ੍ਹ। ਕੀ ਮਾਮਲਾ ਤੁਹਾਡਾ ਹੈਗਾ ਲੜਾਈ ਦਾ? ਇਹਦੀ ਮਾਮਲਾ, ਮੈਂ 7-8 ਸਾਲ ਤੋਂ ਮੈਂ ਲੁਧਿਆਣੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ, ਅਤੇ ਆਪਣੇ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗ੍ਰੰਥੀ ਸਿੰਘ ਨੇ, ਅਤੇ ਆਪਣੇ ਦੀਦਾਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ, ਗੁਰਨਾਮ ਸਿੰਘ ਸਨ ਆਫ ਅਜਮੇਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ। ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ, ਅਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ। ਇਸ ਕਾਰਨ ਕਿ ਮਤਲਬ ਵੈਸੇ ਜਿੱਦਾਂ ਪਾਠੀ ਸਿੰਘ ਆਪਾਂ ਜਾਂ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ। ਫਿਰ ਮੈਂ ਆਪਣਾ 1 ਤਰੀਕ ਨੂੰ ਆਇਆ ਜੀ, ਆਪਣਾ ਇੱਥੇ ਪਿੰਡ ਵਿੱਚ ਸਤਾਵਗੜ੍ਹ ਆਪਣਾ ਕੰਮ ਕਾਰ ਸ਼ੁਰੂ ਕਰਨ ਵਾਸਤੇ, ਅਤੇ ਜਿੱਥੇ ਮੈਂ ਬਰਾਂਡਾ ਪਾ ਰਹੀ ਸੀ ਉਹਦੇ ਨਾਲ ਮੈਂ ਪਪੂਲਰ ਲਾਏ ਸੀ 4-5 ਸਾਲ ਤੋਂ, ਤਾਂ ਉਹ ਪਟਾ ਰਿਹਾ ਸੀਗਾ, ਤਾਂ ਕੱਲ੍ਹ ਮਨਜੀਤ ਸਿੰਘ ਅਤੇ ਦੀਦਾਰ ਸਿੰਘ ਅਤੇ ਬੂਟਾ ਸਿੰਘ ਸਰਪੰਚ, ਠੀਕ ਹੈ ਜੀ, ਇਹ ਆਏ ਨੇ ਘਰਦਿਆਂ ਨੂੰ ਗਾਲੀ ਗਲੋਚ ਕਰਕੇ ਗਏ ਨੇ, ਵੀਡੀਓ ਬਣਾ ਕੇ ਗਏ ਨੇ ਜੀ। ਤਾਂ ਘਰਦਿਆਂ ਨੇ ਮੈਨੂੰ ਦੱਸਿਆ ਜੀ ਮੈਂ ਇੱਟਾਂ ਲੈਣ ਗਿਆ ਸੀਗਾ, ਅਤੇ ਅੱਜ ਜਦੋਂ ਵੀਡੀਓ ਸਾਹਿਬ ਮੌਕੇ 'ਤੇ ਆਏ ਨੇ ਜੀ, ਮੌਕਾ ਦੇਖਦੇ ਸੀਗੇ, ਅਤੇ ਬੂਟਾ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਤਲਬ ਗਾਲੀ ਗਲੋਚ ਫਿਰ ਕਰਨਾ ਸ਼ੁਰੂ ਕੀਤਾ। ਗਾਲੀ ਗਲੋਚ ਕਰਦੇ ਸਮੇਂ ਸਾਡੇ ਹੱਥੋਂ ਪਾਈ ਹੋਈ, ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਹੈ ਕਿਰਚ ਕੁਰਚ, ਨਾ ਮੈਂ ਇਹਨਾਂ ਦੇ ਮਾਰੀ ਹੈ, ਠੀਕ ਹੈ ਜੀ। ਝਗੜਾ ਕਰਦਿਆਂ ਇੱਟਾਂ 'ਤੇ ਗਿਰ ਪਏ ਨੇ, ਮੈਂ ਵੀ ਇੱਟਾਂ 'ਤੇ ਗਿਰਿਆ, ਮੇਰੇ ਵੀ ਇਹਨਾਂ ਦਾ ਕੜਾ ਲੱਗਿਆ ਜੀ, ਕੋਈ ਨੋਰਮਲ ਲੜਾਈ ਹੋਈ ਹੈ, ਠੀਕ ਹੈ, ਅਤੇ ਯਾਨੀ ਕਿ ਗਲਤ ਬੋਲਦੇ ਹੈ, ਠੀਕ ਹੈ। ਜਿਹੜਾ ਮਨਜੀਤ ਸਿੰਘ ਹੈ, ਹਾਂਜੀ, ਨਹੀਂ ਇਹ ਪੰਚਾਇਤੀ ਜ਼ਮੀਨ 'ਚ ਹੈ ਜੀ, ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ। ਦੀਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ, ਹੋਰ ਵੀ ਘਰਾਂ ਦੇ ਕਈਆਂ ਨੇ ਆਪਣੇ ਪੱਟੇ ਨੇ ਜੀ ਪਪੂਲਰ, ਅਤੇ ਅਸੀਂ ਵੀ ਆਪਣੇ ਮਤਲਬ ਬਰਾਂਡਾ ਪਾਉਣ ਵਾਸਤੇ ਆਪਾਂ ਉਹ ਪਪੂਲਰ ਪਟਾ ਲਏ ਨੇ ਜੀ, ਠੀਕ ਹੈ। ਜਿਹੜਾ ਮਨਜੀਤ ਸਿੰਘ ਜੀ, ਅਤੇ 306 ਦਾ ਪਰਚਾ ਜੀ, ਠੀਕ ਹੈ। ਇੱਕ ਹੋਰ ਪਰਚਾ ਜੀ, ਜਿਹੜਾ ਆਪਣੇ ਬੂਟਾ ਸਿੰਘ ਸਰਪੰਚ ਹੈ ਜੀ, ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ, ਉਹਨਾਂ ਨੇ ਸੁਸਾਈਡ ਇਹਨਾਂ ਕਰਕੇ ਕੀਤਾ ਜੀ, ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦੇ ਪਰਚ, ਸਭ ਕੁਛ ਹੋਇਆ। ਪਰ ਇਹ ਜਦੋਂ ਵੀ ਆਉਣਾ ਗਲਤ ਗਾਲੀ ਗਲੋਚ ਕਰਨਾ, ਜਾਂ ਜਦੋਂ ਆਪਣੇ ਵੀਡੀਓ ਸਾਹਿਬ ਆ ਗਏ ਨੇ ਜੀ, ਉਹ ਮੌਕਾ ਦੇਖ ਰਹੇ ਨੇ, ਇਹਨਾਂ ਦਾ ਆਉਣ ਦਾ ਮਤਲਬ ਹੀ ਨਹੀਂ ਸੀ ਜੀ। ਵੀਡੀਓ ਸਾਹਿਬ ਜੋ ਵੀ ਸਾਡੇ 'ਤੇ ਬਣਦੀ ਕਾਰਵਾਈ ਕਰਨ, ਠੀਕ ਹੈ, ਜੋ ਵੀ ਸਾਡੇ 'ਤੇ ਬਣਦੀ ਕਾਰਵਾਈ ਕਰਨ। ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਤਰੀਕ ਨੂੰ, ਅਸੀਂ ਵੀ ਦੇ ਕੇ ਆਏ, ਪਰ ਜੋ ਵੀ ਹੈਗੀ ਵੀਡੀਓ ਸਭ ਸਾਡੇ 'ਤੇ ਕਰਨ ਕਾਰਵਾਈ, ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ, ਜਾਂ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ। ਜੇ ਆਪਾਂ ਗੱਲ ਕਰੀਏ ਵੀਡੀਓ ਲਿਓ ਬੈਨ, ਉੱਥੇ ਤੁਹਾਡੇ ਇੱਥੇ ਫੈਕਟਰੀ ਦਾ ਬੈਨ ਹੈ, ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ? ਹਾਂਜੀ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਜੀ, ਉਹਨਾਂ ਨੂੰ ਵੀ ਦੱਸਿਆ ਸੀ 130 ਘਰ ਨੇ ਜੀ, ਪਰ ਇਹਨਾਂ ਦਾ ਉੱਥੇ ਆਉਣ ਦਾ ਮਤਲਬ ਨਹੀਂ ਸੀ, ਜਾਂ ਉੱਥੇ ਗਾਲੀ ਗਲੋਚ ਕਰਨ। ਹਾਂਜੀ, ਪਪੂਲਰ ਜਿਹੜੇ ਆਪਣੇ ਡੇਰੇ 'ਚ ਨੇ, ਕਈ ਦਰਖਤ ਲੱਗਦੇ ਨੇ, ਕਈਆਂ ਦੇ ਡੇਕਾਂ ਲੱਗੀਆਂ, ਕਈਆਂ ਦੇ ਪਪੂਲਰ ਲੱਗੇ ਨੇ, ਆਪਣੇ ਲੋੜ ਮੁਤਾਬਕ ਸਾਰੇ ਪਟਾ ਲੈਂਦੇ ਨੇ, ਸਾਰਿਆਂ ਨੇ ਪਟਾਏ ਨੇ ਕਈ ਘਰਾਂ 'ਚ, ਸਾਡੇ ਤੇ ਕੱਲਿਆਂ ਤੇ ਕਿਉਂ, ਆਪੇ ਹੀ ਹੈ ਜੀ, ਜੋ ਵੀ ਇਨਸਾਫ ਚਾਹੀਦਾ ਸਾਨੂੰ, ਠੀਕ ਹੈ। ਗਾਲੀ ਗਲੋਚ ਜੋ ਵੀ ਕੀਤਾ ਇਹਨਾਂ ਦੇ, ਬਾਕੀ ਅਸੀਂ ਜੇ ਕੋਈ ਵੀ ਕਿਰਚ ਨਹੀਂ ਮਾਰੀ ਜੀ, ਜਾਂ ਕੋਈ ਵੀ ਇਦਾਂ ਦਾ ਕੁਛ ਨਹੀਂ ਹੋਇਆ। ਬੋਲੋ ਜੀ, ਨਾਮ ਤੁਹਾਡਾ? ਭਾਈ ਦੀਦਾਰ ਸਿੰਘ। ਕਿਹੜਾ ਪਿੰਡ ਹੈ? ਪਿੰਡ ਸਤਾਵਗੜ੍ਹ ਜੀ। ਕੀ ਮਾਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਸਮਰਾਲਾ ਪਹੁੰਚੇ? ਸਰ, ਪੰਚਾਇਤ ਦੇ ਖੇਤ ਦੇ ਵਿੱਚੋਂ ਲਾਭ ਸਿੰਘ ਤੇ ਉਹਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60-70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ, ਤੇ ਅਸੀਂ ਉਸ ਦੇ ਸਬੰਧ ਵਿੱਚ ਬੂਟਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੀ ਦਰਖਾਸਤ ਕੀਤੀ, ਥਾਣੇ ਆ ਕੇ ਦਰਖਾਸਤ ਕੀਤੀ, ਜਿਸ ਦੇ ਸੰਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ, ਤੇ ਅੱਜ ਜਿਹੜੀ ਮਹਿਕਮੇ ਵਾਲੇ ਮੌਕਾ ਦੇਖਣ ਆਏ, ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ, ਅਸੀਂ ਮੌਕਾ ਦਿਖਾਣ ਗਏ, ਤੇ ਲਾਭ ਸਿੰਘ ਦੇ ਮੁੰਡੇ ਗਾਗਾ ਤੇ ਗੁਰਪ੍ਰੀਤ ਸਿੰਘ ਉਹਦਾ ਭਤੀਜਾ ਲਾਭ ਸਿੰਘ ਦਾ, ਤੇ ਤਰਲੋਚਨ ਸਿੰਘ
ਤੇ ਇੱਕ ਕੁਲਵਿੰਦਰ ਸਿੰਘ ਕਾਲਾ, ਇੱਕ ਸਰਬਜੀਤ ਸਿੰਘ ਤੇ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ, ਇਹਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਕਰਕੇ ਸਾਡੇ ਤੇ ਅਜਿਹੀਆਂ ਸੱਟਾਂ ਮਾਰੀਆਂ, ਪੰਚ ਮਾਰਿਆ, ਮਨਜੀਤ ਸਿੰਘ ਦੇ ਸਿਰ ਵਿੱਚ ਪੰਚ ਮਾਰਿਆ, ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਘੀ ਸੱਟ ਲੱਗ ਗਈ ਤੇ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ, ਕਿਰਪਾਨ ਮਾਰੀ ਛੋਟੀ ਤੇ ਉਹਦੇ ਨਾਲ ਵੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ। ਹਮਲਾ ਕਰਨੇ ਵਾਲੇ ਕਿਹੜੇ ਪਿੰਡ ਦੇ ਸੀ? ਪਿੰਡ ਸਤਾਬਗੜ੍ਹ ਦੇ ਹੈ ਜੀ, ਜਿਹਨਾਂ ਬੂਟੇ ਪੱਟੇ ਆ ਜੀ। ਕਾਰਨ ਕੀ ਹੈ ਬੂਟੇ ਪੱਟਣ ਦਾ? ਬਾਜੀ ਤੱਕਾ ਗੁੰਡਾਗਰਦੀ ਹੈ ਜੀ। ਇਹ ਪਲਾਟ ਕਿਹਦਾ ਹੈ? ਸਰਕਾਰੀ ਹੈ? ਪੰਚਾਇਤ ਦਾ ਪਲਾਟ ਆ ਜੀ। ਇਹ ਕਦੋਂ ਦੀ ਘਟਨਾ ਜੀ? ਇਹ ਅੱਜ ਦੀ ਘਟਨਾ ਜੀ। ਅੱਜ? ਹਾਂਜੀ। ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ? ਉਹ ਮਾਮਾ ਜੀ ਆਪਣੇ। ਕਿੰਨੀ ਕੀ ਉਮਰ ਹੈ ਜੀ? ਤਕਰੀਬਨ 42-43 ਸਾਲ ਹੈ ਜੀ। ਕਿੱਥੇ ਕਿੱਥੇ ਸੱਟਾਂ ਨੇ? ਇੱਕ ਸਿਰ ਚ ਜੀ, ਇੱਥੇ ਮੱਥੇ ਤੇ, ਉੱਪਰ ਕਾਫੀ ਡੂੰਘੀ ਸੱਟ ਹੈ ਜੀ, ਇੱਕ ਛਾਤੀ ਤੇ ਦਿਲ ਵਾਲੇ ਪਾਸੇ ਲੱਗੀ ਹੈ ਜੀ। ਕਿਸ ਚੀਜ਼ ਨਾਲ ਹਮਲਾ ਕੀਤਾ? ਇੱਕ ਤਾਂ ਉਹਨਾਂ ਨੇ ਸਰ ਆਉਂਦੇ ਸਾਨੂੰ ਢਾਲਿਆ ਜੀ, ਇੱਕ ਮਨਜੀਤ ਸਿੰਘ ਦੇ ਉਹਨਾਂ ਸਿਰ ਤੇ ਐਸਾ ਦੱਬ ਕੇ ਪੰਚ ਮਾਰਿਆ ਜੀ ਬਹੁਤ ਜ਼ਿਆਦਾ ਜੋੜ ਕੇ, ਜਿਹਦੇ ਨਾਲ ਡੂੰਘਾ ਜ਼ਖਮ ਹੋ ਗਿਆ ਜੀ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਇੱਕ ਪੰਚ ਪਾਇਆ ਸੀ ਜੀ, ਇੱਕ ਕਿਰਪਾਨ ਸੀ ਛੋਟੀ ਜੀ। ਹਾਂਜੀ। ਦਰਖਤ ਕਿੰਨੇ ਪੱਟੇ ਗਏ? 60-70 ਬੂਟੇ ਪੱਟੇ ਗਏ ਜੀ। ਵਣ ਵਿਭਾਗ ਨੂੰ ਇਸ ਬਾਰੇ ਇਤਲਾਹ ਕੀਤੀ ਹੈ ਤਾਂ? ਇਹ ਜੀ ਵੀਡੀਓ ਵਿਭਾਗ ਦੇ ਅੰਡਰ ਆਉਂਦੇ ਆ ਜੀ, ਪੰਚਾਇਤ ਦੇ ਅੰਡਰ ਆਉਂਦੇ ਆ ਜੀ, ਤੇ ਪੰਚਾਇਤ ਦੇ ਜੀ ਮਾਲਕ ਆਉਂਦੀ ਹੈ, ਵੀਡੀਓ ਦਫ਼ਤਰ ਮਾਲਕ ਆਉਂਦਾ ਜੀ, ਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰਤੀ, ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ ਕਿ ਵੀ ਜ਼ਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ, ਜਦਕਿ ਅਸੀਂ ਕਿਹਾ ਵੀ ਅਸੀਂ ਇਸ ਸੰਬੰਧੀ ਆਪਣਾ ਐਫੀਡੇਵਿਟ ਦਿੰਦੇ ਹਾਂ ਕਿ ਜ਼ਮੀਨ ਪੰਚਾਇਤ ਦੀ ਹੈ, ਜੇਕਰ ਲਾਭ ਸਿੰਘ ਦੀ ਨਿਕਲੀ ਸਾਡੇ ਤੇ ਪਰਚਾ ਕਰ ਦਿਓ ਜੀ। ਤੇ ਫਿਰ ਵੀ ਤਕਰੀਬਨ ਪਤਾ ਨਹੀਂ ਕੀ ਗੱਲ ਹੈ ਉਹਨਾਂ ਤੇ, ਕਿਹੜਾ ਪ੍ਰੈਸ਼ਰ ਹੈ ਜੀ ਐਸਐਚਓ ਤੇ, ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ। ਕੋਈ ਪੁਰਾਣੀ ਰੰਜਿਸ਼ ਵੀ ਹੈ ਤੁਹਾਡੀ? ਨਹੀਂ ਜੀ, ਪੁਰਾਣੀ ਰੰਜਿਸ਼ ਨਹੀਂ ਹੈਗੀ ਜੀ, ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਨ ਸ਼ੁੱਧਤਾ ਵਾਸਤੇ, ਤੇ ਸ਼ਮਸ਼ਾਨ ਘਾਟ 'ਚ ਬੂਟੇ ਬਹੁਤ ਜ਼ਿਆਦਾ ਲਗਾਏ ਗਏ ਆ ਜੀ, ਇਹ ਵੀ ਬੂਟੇ ਲੱਗੇ ਹੋਏ, ਇਹਨਾਂ ਨੇ 60-70 ਬੂਟੇ ਨਵਾਣ ਕਤਲ ਕਰਤਾ ਜੀ। ਕਿੱਡੇ ਕਿੱਡੇ ਬੂਟੇ ਸੀ? ਤਕਰੀਬਨ 1.5-2 ਕੁਇੰਟਲ ਬੂਟੇ ਟੈਕ ਕੁਇੰਟਲ ਦਾ ਜੀ। ਤੇ ਅਸੀਂ ਮੰਗ ਕਰਦੇ ਹਾਂ ਜੀ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਉਲਟਾ ਇਹਨਾਂ ਦੇ ਕੋਈ ਸੱਟ ਨਹੀਂ ਲੱਗੀ, ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਹਨਾਂ ਦੀ ਵੀਡੀਓ ਬਣਾ ਲਈ, ਬਿਲਕੁਲ ਸਾਫ਼ ਸੁਰਤ ਜਾ ਰਹੇ ਹੈ ਜੀ, ਕੋਈ ਸੱਟ ਨਹੀਂ ਲੱਗੀ, ਆਪ ਤੁਰ ਕੇ ਜਾ ਰਹੇ ਹੈ ਜੀ, ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ ਸੱਟ ਇਹਨਾਂ ਨੇ ਮਾਰਤੀ ਹੈ ਜੀ, ਜਦਕਿ ਅਸੀਂ ਖਾਲੀ ਗਏ ਹਾਂ, ਮੌਕਾ ਦਿਖਾਉਣ ਗਏ ਹਾਂ, ਅਜੇ ਕੁਛ ਵੀ ਨਹੀਂ ਅਸੀਂ ਕੀਤਾ, ਅਸੀਂ ਮੌਕਾ ਦਿਖਾਉਣ ਗਏ ਹਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਤੇ ਇਹਨਾਂ ਨੇ ਗੁੰਡਾਗਰਦੀ ਨੂੰ ਗੰਦਾ ਨਾਚ ਨਚਾਇਆ ਜੀ, ਇਹਨਾਂ ਤੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ। ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ਼, ਇੱਕ ਤਾਂ ਜੋ ਇਹਨਾਂ ਨੇ ਬੂਟਿਆਂ ਦਾ ਕਤਲ ਕੀਤਾ ਹੈ, ਮਨਸਪੰਤੀ ਦਾ ਕਤਲ ਕੀਤਾ, ਉਹਦਾ ਪਰਚਾ ਦਰਜ ਕੀਤਾ ਜਾਵੇ, ਦੂਜਾ ਜੋ ਇਹਨਾਂ ਨੇ ਸਾਡੇ ਤੇ ਜਾਨ ਕਾਤਲਾਨਾ ਜਾਨਲੇਵਾ ਹਮਲਾ ਕੀਤਾ ਹੈ, ਉਹਦੀ ਵੀ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ। ਉਹ ਵੀ ਇੱਥੇ ਹੀ ਕਰਨ? ਹਾਂਜੀ, ਇੱਥੇ ਹੈ ਜੀ। ਵੀ ਸ਼ਿਕਾਇਤ ਆਈ ਆ ਜੀ ਕਿਉਂਕਿ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ, ਹੋਸਪਿਟਲ ਦਾਖਲ ਨੇ, ਉੱਥੇ ਸਾਡਾ ਥਾਣੇਦਾਰ ਸਾਹਿਬ ਜਾਊਗਾ, ਸਟੇਟਮੈਂਟ ਜੇ ਉਹ ਦੇਣਗੇ ਉੱਦਾਂ ਉਹਦੇ ਸਾਰ ਕਾਨੂੰਨੀ ਕਾਰਵਾਈ ਅਮਲ 'ਚ ਲੈਂਦੀ ਹੈ। ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਜੀ। ਜੀ ਉਸ ਜਿਹੜਾ ਦਰਖਤਾਂ ਦਾ ਵੇਰਵਾ ਜ਼ਮੀਨ ਬਾਰੇ ਚੁਕੋਤੇ ਬਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀ ਡੀ ਪੀ ਸਾਹਿਬ ਨੂੰ, ਅੱਜ ਛੁੱਟੀ ਸੀ, ਸਾਡਾ ਲੈਟਰ ਰਿਸੀਵ ਨਹੀਂ ਹੋ ਸਕਿਆ, ਅਸੀਂ ਸਾਰਾ ਵੇਰਵਾ ਬੀ ਡੀ ਪੀ ਦਫ਼ਤਰ ਤੋਂ ਲੈ ਕੇ ਫਿਰ ਫਰਦਰ ਅੱਗੇ ਕਾਰਵਾਈ ਅਮਲ 'ਚ ਲਵਾਂਗੇ।